ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਹੋਏ ਚਲਿਤਰਾ ਦੇ ਵਿੱਚੋਂ ਅੱਜ 52 ਚੇਤਰ ਪੜਨ ਜਾ ਰਹੇ ਹਾਂ ਇਹ ਜਿਹੜੀ ਅੱਤ ਦਸੰਗ੍ਰਾਹ ਦੇ ਵਿੱਚ ਦਰਜ ਨੇ ਜਿਸ ਨੂੰ ਬਚਿੱਤਰਨਾਟਕ ਵੀ ਕਿਹਾ ਜਾਂਦਾ ਹੈ ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦੱਸ ਰਹੇ ਨੇ ਕਿ ਕਿਦਾਂ ਜਨਾਨੀਆਂ ਧੋਖੇ ਵਾਜੁੰਦੀਆਂ ਨੇ ਸ਼ੁਰੂ ਕਰਦਾ ਹਾਂ ਬੰਜੀਮਾ ਚੇਤਰ ਉੱਤਰ ਪ੍ਰਦੇਸ਼ ਵਿੱਚ ਇੱਕ ਅਫਵਾੜ ਆ ਰਿਹਾ ਸੀ ਜੋ ਸੂਝ ਬੰਸ ਦਾ ਚਾਨਣ ਸਮਝਿਆ ਜਾਂਦਾ ਸੀ ਇੰਦਰ ਪ੍ਰਭਾ ਉਸਦੀ ਪਟਵਾਰਨੀ ਸੀ ਅਤੇ ਬੀਜਿਆ ਸਿੰਘ ਰਾਜ ਨੇ ਉਸ ਨੂੰ ਬਾੜ ਕੇ ਲਿਆ ਆਂਦਿਆ ਸੀ ਉਹਨਾਂ ਦੇ ਘਰ ਇੱਕ ਅਮਿਤ ਰੂਪ ਵਾਲੀ ਸੁੰਦਰ ਕੁਤਰੀ ਸੀ ਜਿਸ ਨੂੰ ਰਤੀ ਸਮਾ ਸਮਝ ਕੇ ਕਾਮ ਦੇ ਵੀ ਰੁਕ ਜਾਂਦਾ ਸੀ ਜਦ ਉਹ ਪਰ ਜਵਾਨ ਹੋ ਗਈ ਤਾਂ ਉਸ ਨੂੰ ਪਿਤਾ ਗੰਗਾ ਦੇ ਘੰਡੇ ਲੈ ਗਿਆ ਉੱਥੇ ਵੱਡੇ ਵੱਡੇ ਰਾਜੇ ਆਏ ਹੋਏ ਸਨ ਉਹਨਾਂ ਵਿੱਚੋਂ ਇੱਕ ਚੰਗਾ ਵੇਖ ਕੇ ਦੰਦਾ ਮਈਆ ਇਸ ਨੂੰ ਦੇ ਦੇਵੇ ਕੀ ਉਹ ਆਪਣੇ ਨਾਲ ਬਹੁਤ ਸਾਰੀਆਂ ਇਸਤਰੀਆਂ ਤੇ ਬੇੜੀਆਂ ਨੂੰ ਲੈ ਕੇ ਚੱਲਦੇ ਚੱਲਦੇ ਗੰਗਾ ਦੇ ਘੰਡੇ ਆ ਗਏ ਉਹਨਾਂ ਨੇ ਗੰਗਾ ਦੇ ਦਰਸ਼ਨ ਕੀਤੇ ਅਤੇ ਆਪ ਪਿਛਲੇ ਪਾਪ ਮਿਟਾ ਦਿੱਤੇ ਉੱਥੇ ਵੱਡੇ ਵੱਡੇ ਰਾਜੇ ਆਏ ਹੋਏ ਸਨ ਅਤੇ ਸਾਰੇ ਉਸ ਰਾਜਕਮਾਈ ਨੂੰ ਵਖਾਏ ਤੇ ਕਿਹਾ ਇਹਨਾਂ ਸਾਰੇ ਨੂੰ ਵੇਖੋ ਅਤੇ ਜੋ ਚੰਗਾ ਲੱਗੇ ਉਸ ਨੂੰ ਵਾਰ ਲਵੋ ਰਾਜੇ ਅਤੇ ਰਾਜਕੁਮਾਰਾਂ ਨੂੰ ਵੇਖ ਕੇ ਰਾਜਕੁਮਾਰੀ ਨੇ ਵਿਚਾਰਪੂਰਵਕ ਕਿਹਾ ਸ਼ਿਭੜ ਸਿੰਘ ਬਹੁਤ ਸੁੰਦਰ ਅਤੇ ਸੁਗਢ ਹੈ ਉਸੇ ਰਾਜਕੁਮਾਰ ਨਾਲ ਵਿਆਹ ਕਰਾਂਗੀ ਉਸ ਸ਼ਿਭੜ ਸਿੰਘ ਦੇ ਦੇਹ ਬਹੁਤ ਅਦਿਕ ਰੂਪਮੁਗ ਹੈ ਕਿ ਸਾਰੇ ਰਾਜੇ ਈਰਖਾ ਕਰ ਰਹੇ ਸਨ ਅਤੇ ਸੋਚ ਰਹੇ ਸਨ ਕਿ ਜਿਵੇਂ ਕਿ ਮੈਂ ਇਸ ਰਾਜਕੁਮਾਰੀ ਨੂੰ ਵਿਆਹ ਕੇ ਆਪਣੇ ਕਰ ਲਿਆ ਚਲਿਏ ਸਾਰੇ ਰਾਜੇ ਬਹੁਤ ਗੁੱਸਾ ਕਰਨ ਲੱਗੇ ਤੇ ਹਥਿਆਰ ਉਠਾਉਣ ਲਏ ਵਿਰੋਧਿਤ ਹੋ ਕੇ ਮੂੰਹ ਬਚਨ ਕਹਿਣ ਲੱਗੇ ਕਿ ਅੱਜ ਯੁੱਧ ਕੀਤਾ ਬਨ ਨਹੀਂ ਜਾ ਹੁਣਾ राजे ने ब्राह्मणा बुला के कहा कि शुभर सिंह को भेज उसनों कहा मेरे उत्तर कृपा करो और वेद की मर्यादा अनुसार इस बया करो शुभर सिंह ने इस तरह कहा कि मेरे पास अगे एक स्त्री है इसलिए मैं इस नाल दूजा ब्याह नहीं करा जे मैंने अनेक लोग क्यों ना कह बहणा ने राजे प्रति इस तरह कहा कि शुभर सिंह इस नाल ब्याह नहीं करेगा इसलिए हे स्वामी कोई यत्न करो कन्या किसी हो राजे दे दियो। तद उस कन्या के पिता को इस तरह ਜੋ ਕੋਈ ਯੁੱਧ ਵਿੱਚ ਮੈਨੂੰ ਜਿੱਤੇਗਾ ਉਹ ਮੇਰਾ ਪਤੀ ਹੋਵੇਗਾ ਸਾਰੇ ਰਾਜਾ ਨੇ ਰਾਜੇ ਕੰਨਿਆ ਦੇ ਪਿਤਾ ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ ਤੇ ਆਪ ਯੁੱਧ ਦੀ ਦੀਵੋਤ ਬਣਾਈ ਜੋ ਕੋਈ ਇੱਥੇ ਕਮਾਸਾਂ ਯੁੱਧ ਕਰੇਗਾ ਉਹ ਹੀ ਇਸ ਕੰਨਿਆ ਦਾ ਬੜੇਗਾ ਰਾਜੇ ਦੇ ਬੋਲ ਸੁਣ ਕੇ ਸ਼ੂਰ ਬਿਦਾਦੇ ਮਨੁਜ ਆਨੰਦ ਸ਼ਾਹ ਗਿਆ ਤੇ ਕਿ ਅੱਜ ਸੇਹਰਾ ਰੂਪੀ ਸਮੁੰਦਰ ਮੁੱਤਖੇ ਕੁਮਾਰੀ ਰੂਪ ਚੰਦਰਮਾ ਪ੍ਰਾਪਤ ਕਰਾਂਗੇ ਸਭ ਨੇ ਯੁੱਧ ਦੀ તૈયારી ਕਰ ਲਈ ਅਤੇ ਸਾਰੇ ਸ਼ੂਰ ਮੇਂ ਗੰਗਾ ਦੇ ਘੱਡੇ ਉੱਤੇ ਚੜ ਕੇ ਆ ਗਏ ਕਪੜ ਚ ਪਾਗੇ ਸੂਰ ਮੇਂ ਸ਼ਿਸ਼ੋਬਿਤ ਹੋ ਰਹੇ ਸਨ ਅਤੇ ਕਾਠੀਆਂ ਪਾਗੇ ਕੋੜੇ ਨੂੰ ਨਜਾ ਰਹੇ ਸਨ ਹਾਥੀ ਗੱਜਣ ਲੱਗੇ ਅਤੇ ਕੋੜੇ ਹਿੰਕਣ ਲੱਗੇ ਅਤੇ ਕਪੜ ਚ ਪਾਗੇ ਸੂਰ ਮੇਂ ਨੇਰੇ ਨੇਰੇ ਟੁਕਣ ਲੱਗੇ ਕਿਸੇ ਨੇ ਹੱਥ ਵਿੱਚ ਤਬਾਕ ਖਿਚ ਲਈ ਅਤੇ ਕਿਸੇ ਨੇ ਕੇਸ ਦੀ ਬਣਾ ਪਾੜਿਆ ਕਿਸੇ ਨੇ ਸ਼ੀਧੀ ਪ੍ਰਾਪਤ ਕਰ ਲਈ ਬਸਤਰਾ ਉਤੇ ਜੰਦੀ ਵਟਣੇ ਮਨ ਇਹ ਮੰਨ ਲਏ ਅਤੇ ਕਿਸੇ ਨੇ ਲੱਕ ਵਿੱਚ ਕਿਰਪਾਨ ਕੱਸ ਲਈ ਉਹਨਾਂ ਨੇ ਇਹ ਭਰਣਾ ਪਾ ਲਈ ਹੋਇਸੀ ਕਿ ਜੋ ਗੰਗਾ ਦੇ ਕੰਡੇ ਉਤੇ ਲੜ ਮਰੇਗਾ ਉਹ ਸਵਰਗ ਨੂੰ ਜਾਏਗਾ ਫੌਜਾਂ ਜੋੜ ਕੇ ਰਾਜੇ ਚਾਲਪਈ ਅਤੇ ਨਗਾੜਿਆਂ ਉਤੇ ਛੋਟਾਂ ਪੈਣ ਲੱਗੀਆਂ ਜਦ ਬਤੀ ਚਾਉਬਦਾ ਆਕੇ ਅਨੇਕਾਂ ਦਾ ਯੁੱਧ-ਯੁੱਧ ਕਰਨ ਲਗੇ ਤਾਂ ਉਸ ਰਾਜਕੁਮਾਰੀ ਨੇ ਸਾਰੀਆਂ ਸਖੀਆਂ ਨੂੰ ਬੁਲਾ ਦੇ ਹਾਤੇ ਉਹਨਾਂ ਦੀ ਕਈ ਤਰ੍ਹਾਂ ਨਾਲ ਵਿਟਾਈ ਕੀਤੀ ਜਾਂ ਤਾਂ ਮੈਂ ਲੜ ਕੇ ਗੰਗਾ ਦੇ ਘੰਡੇ ਮਰ ਜਾਵਾਂਗੀ ਨਹੀਂ ਤਾਂ ਸੁਭ ਸਿੰਘ ਨਰ ਵਿਆਹ ਕਰਾਨੀ ਤਾਂ ਰਾਜਕੁਮਾਰੀ ਨੇ ਸਾਰੀਆਂ ਸਖੀਆਂ ਨੂੰ ਇਸ ਤਰ੍ਹਾਂ ਬੋੜ ਕਹੇ ਅੱਜ ਮੈਂ ਵਿਕਟ ਅਤੇ ਸ੍ਰੇਸ਼ਟ ਸੂਰਮਿਆਂ ਨੂੰ ਯਮਲੋਕ ਭੇਜਿਆਂਗੀ ਸਾਰੀਆਂ ਸਖੀਆਂ ਨੂੰ ਸ਼ਸਤਰ ਤੇ ਦੇ ਕੇ ਕਪੜਚ ਪੁਆ ਕੇ ਆਪ ਨਿਕਲ ਕੇ ਡਟ ਗਈ ਅਤੇ ਜਿੱਤ ਦਾ ਨਗਾਰਾ ਬੁਜਾ ਦਿੱਤਾ ਕਨਿਆ ਰਾਤੂ ਤੇ ਸਵਾਰ ਹੋ ਗਏ ਅਤੇ ਸਾਵੀਆਂ ਨੂੰ ਯੁੱਧ ਦਾ ਸਮਾਂ ਦੇ ਦਿੱਤਾ ਅਰਥਾਤ ਹਿਆਰ ਵੰਡ ਦਿੱਤੇ ਸੇਨਾ ਦੀਆਂ ਕਤਾਰਾਂ ਵਿੱਚ ਕੁੜੇ ਨਚਾਏ ਅਤੇ ਦੇਵ ਤੇ ਅਤੇ ਇੰਦਰ ਵੀ ਉਸ ਲੜਾਈ ਨੂੰ ਵੇਖਣ ਆਏ ਉੱਥੇ ਅਨੇਕ ਸੇਨਾਦਲ ਜਲ ਦੀਆਂ ਬੂੰਦਾਂ ਵਾਂਗ ਉਮੜ ਗਏ ਅਤੇ ਯੁੱਧ ਸੋਮਰ ਦੀ ਗੱਲ ਸੁਣ ਕੇ ਰਾਜੇ ਸਾਧ ਜਿੱਕੇ ਆਉਣ ਲੱਗੇ ਉੱਥੇ ਬਹੁਤ ਕਮਾ ਸੰਜੋਦ ਹੋਇਆ ਬੇਮਾਨੀ ਸੂਰ ਮੇ ਨਚਣ ਲਗੇ ਦ੍ਰਿੜਤਾ ਪੂਰਵਕ ਤਮੁਸ਼ ਖਿੱਚ ਕੇ ਤੀਰ ਚਲਾਉਂਦੇ ਅਤੇ ਹਾਏ ਮਾਂ ਮੜ ਗਏ ਸ਼ਬਦ ਕੂਕ ਕੇ ਸੁਣੋਦੇ ਜਿਸ ਨੂੰ ਜਿੱਤ ਤਰ ਤੇ ਰਾਜਕੁਮਾਰੀ ਬਾਹਰ ਮਾਰਦੀ ਹੈ ਉਹ યોਧਾ ਮਿਰਤ ਲੋਕ ਨੂੰ ਚਲਾ ਜਾਂਦਾ ਹੈ ਜਿਸ ਉਤੇ ਖੁਦਿਤ ਹੋ ਕੇ ਤਲਵਾਰ ਦਾ ਵਾਰ ਕਰਦੀ ਹੈ ਉਸ ਦਾ ਸਿਰ ਕੱਟ ਕੇ ਸੁੱਟ ਦਿੰਦੀ ਹੈ ਕਿਸੇ ਨੂੰ ਸੈਥੀ ਸੰਭਾਲ ਕੇ ਮਾਰ ਦਿੰਦੀ ਹੈ ਅਤੇ ਕਿਸੇ ਇੱਕ ਸੂਰ ਨੂੰ ਵੀ ਮਨ ਵਿੱਚ ਨਹੀਂ ਗਿੰਦੀ ਸਾਰੇ ਦੇਵਤੇ ਵੀ ਮਾਨਾ ਉਤੇ ਚੜ ਕੇ ਦੇਖਦੇ ਹਨ ਕਿ ਕਿਵੇਂ ਵਿਕਤ ਸੂਰ ਮੇ ਚਟਪਟਕਤੇ ਜਾ ਰਹੇ ਹਨ ਗਿਰਜਾਂ ਦੇ ਮਨ ਆਨੰਦਿਤ ਹੋ ਰਹੇ ਹਨ ਕਿ ਅੱਜ ਮਨੁੱਖਾਂ ਦਾ ਮਾਸ ਖਾਣ ਨੂੰ ਮਿਲੇਗਾ ਸੱਜੇ ਖੱਬੇ ਲਹੂ ਦੇ ਬਰਤਨ ਖੱਪੜ ਲੈ ਕੇ ਜੋਗਣਾ ਖਲੋਤਿਆਂ ਹਨ ਦੋਹਾਂ ਪਾਸੇ ਤਮਾਰੂ ਵਾਜੇ ਵਜਣ ਲੱਗੇ ਹਨ ਤੇ ਦੋਹਾਂ ਪਾਸੇ ਤੋਂ ਸੂਰਮੇ ਸ਼ਸਤਰਾਂ ਨਾਲ ਸਜੇ ਹੋਏ ਹਨ ਉੱਪਰ ਗਿਰਜਾਂ ਦੇ ਅਪਸ਼ਰਾਵਾਂ ਸਾਜ਼ ਸਵਲਦੇ ਆਮਦਾਰੀਆਂ ਨੇ ਤੇ ਹੇਠਾਂ ਸੂਰਮੇ ਆਣੇ ਯੁੱਧ ਮਚਾਇਆ ਹੋਇਆ ਹੈ ਰਾਜਕੁਮਾਰਿਆਂ ਦੇ ਅਨੁਪਮ ਰੂਪ ਨੂੰ ਵੇਖ ਕੇ ਚੋਹਾਂ ਪਾਸਿਆਂ ਦੁਰਾਰ ਉਤਸ਼ਾਹ ਨਾਲ ਲੱਗੇ ਵਧ ਰਹੇ ਹਨ ਹਾਥੀਆਂ ਅਤੇ ਘੋੜਿਆਂ ਦੇ ਸਵਾਰਕਾਂ ਵਾਲੇ ਅਤੇ ਪੈਦਲ ਇਕੱਠੇ ਹੋ ਕੇ ਚੰਦ ਪਏ ਜਦੋਂ ਰਾਜੇ ਦੀ ਪੁੱਤਰੀ ਬਚਿੱਤਰ ਦੇਵੀ ਨੇ ਕਿਰਪਾ ਭਾਰਨ ਕਾਬਲੇ ਤਾਂ ਲਜ ਮਰਿਆਦਾ ਛੱਡ ਕੇ ਸਾਰੇ ਰਾਜੇ ਹਰਣ ਵਿੱਚ ਅਜੇ ਹੀ ਵਿਚਿਤ ਤਵੈ ਮਾਨੂ ਰਾਮ ਦਾ ਨਾਮ ਲੈ ਹਨ ਨਾ ਪਾਪਾਂ ਦੇ ਸਮੂਹ ਦਰ ਕੇ ਮਾਰੇ ਭੱਜ ਗਏ ਹੋਣ ਸੂਰ ਨੇ ਗੁੱਸੇ ਨਾਲ ਭੜ ਕੇ ਅਤੇ ਮਾਨ ਵਿੱਚ ਉਤਸਾਹਿਤ ਹੋ ਕੇ ਚੁਹਾ ਪਾਸੇੰਦ ਟੁੱਟ ਕੇ ਪੈ ਗਏ ਬਲਵਾਨਾਂ ਨੇ ਕਿਰਪਾਨਾ ਕੱਢ ਲਈ ਹੈ ਅਤੇ ਕਮਾਨਾਂ ਨੂੰ ਖਿੱਚ ਕੇ ਬਾਣ ਝਲਾਏ ਤੀਰ ਦੋਹਾ ਪਾਸਿਆਂ ਤੋਂ ਬਰਖਾਂ ਦੀ ਬੂੰਗਾਂ ਵਾਧਾ ਵਰਦੇ ਹਨ ਅਤੇ ਕਵਚਾਂ ਨੂੰ ਬਿੰਨ ਕੇ ਭਾਰ ਹੁੰਦੇ ਜਾ ਰਹੇ ਹਨ ਸੂਰਿਆਂ ਨੂੰ چیر ਕੇ ਅਤੇ ਧਰਤੀ ਨੂੰ 파ੜ ਕੇ ਅਤੇ ਜਲ ਨੂੰ ਫਾੜ ਕੇ ਅਪਾਤ ਪਹੁੰਚ ਗਏ ਹਨ ਚਟਪਟ ਵਿਕ੍ਰਿਤ ਸੂਰ ਮੇ ਕਰਤੇ ਗਏ ਅਤੇ ਕਿਤਨੇ ਸਾਥੀ ਕਨਾਤੋਂ ਵੰਜੀ ਹੋ ਗਏ ਰੱਥ ਟੁੱਟ ਗਏ ਸੂਰ ਮੇ ਕੱਟ ਸੁਤੇ ਬੂਤ ਅਤੇ ਪ੍ਰੇਤ ਮਸਤ ਹੋ ਗਏ ਨਚਣ ਲੱਗੇ ਕਿਤੇ ਨਾਲਦ muni ਬੀਜ ਵਜਾ ਰਿਹਾ ਹੈ ਕਿਤੇ ਰੁੱਦਰ ਡੰਬੁਰੂ ਢਮਰਾ ਰਿਹਾ ਹੈ ਕਿਤੇ ਜੋਗਨ ਵਾਲੇ ਲਹੂ ਨਾਲ ਵੱਡੇ ਕਪੜੇ ਭਰੇ ਹੋਏ ਸਨ ਅਤੇ ਕਿਤੇ ਬੂਤ ਅਤੇ ਪ੍ਰੇਤ ਕਿਲਕਾਰੀਆਂ ਮਾਰੇ ਸਨ ਅਗੰਮੀ ਯੁੱਧ ਨੂੰ ਕੋਈ ਨਹੀਂ ਸੀ ਸਮਝ ਰਿਹਾ ਅਤੇ ਸ਼ਿਵ ਡਹਿ ਡਹਿ ਕਰਦਾ ਢਮਰੂ ਵਜਾਉਂਦਾ ਰਿਹਾ ਸੀ ਕਿਤੇ ਕਾਰਕਾ ਕਹਿ ਕਹਿ ਕਰਕੇ ਬੋਲ ਰਹੀ ਸੀ ਇੰਜ ਪ੍ਰਤੀਤ ਹੁੰਦਾ ਸੀ ਮਾਨੋ ਕਾਲ ਦਾ ਚੰਨਾ ਲਹਿਰਾ ਰਿਹਾ ਹੋਵੇ ਵੱਡਿਆ ਨੈਣਾ ਵਾਲੀ ਪਾਰਵਤੀ ਹੱਸ ਰਹੀ ਸੀ ਅਤੇ ਭੂਤ ਪ੍ਰੇਤ ਅਤੇ ਦੇਵਤਾਂ ਨਚ ਰਹੇ ਸਨ ਇਹ ਤੇ ਕਹਾਣੀਆਂ ਕਹਿ ਕਹਾਟ ਸ਼ਬਦ ਸਨ ਉਹ ਦੀਆਂ ਸੀ ਭਿਆਨਕ ਨਾਰ ਨੂੰ ਸੁਣ ਕੇ ਡਰ ਲੱਗਦਾ ਸੀ ਇਤਨੇ ਹੀ ਸੂਰਮੇ ਬਿਨਾ ਸਿਰਾਂ ਦੇ ਘੁੰਮ ਰਹੇ ਸਨ ਤੇ ਕਿਤਨੇ ਮਾਰੋ ਮਾਰੋ ਪੁਕਾਰ ਕਰ ਰਹੇ ਸਨ ਕਿਤਨੇ ਖੁਸ਼ੀਤ ਹੋ ਕੇ ਕੋਲੇ ਨਚਾ ਰਹੇ ਸਨ ਤੇ ਕਿਤਨੇ ਹੀ ਚੂਝ ਕੇ ਇਹ ਅਮਲਕ ਸਦਾਰ ਗਏ ਸਨ ਕਈ ਵੱਡੇ ਸੂਰਮੇ ਘਟ ਘਟ ਕੇ ਧਰਤੀ ਉੱਤੇ ਡਿੱਗ ਪਏ ਸਨ ਅਤੇ ਕਈਆਂ ਨੂੰ ਰਾਜਕੁਮਾਰੀ ਨੇ ਪ੍ਰਯੋਧਿਤ ਹੋ ਕੇ ਪਛਾੜ ਦਿੱਤਾ ਸੀ ਜਿਨ੍ਹਾਂ ਦੇ ਹੱਥ ਰਾਜਕੁਮਾਰੀ ਨੇ ਹੀ ਲੱਗੀ ਉਹ ਬਿਨਾਂ ਮਾਰੇ ਹੀ ਕਟਾਰ ਮਾਰ ਕੇ ਮਰ ਗਏ ਹੋ ਮੋਰ ਦੇ ਰਾਜਾ ਅਤੇ ਅਮੀਰ ਦੇ ਰਾਜੇ ਅਮਿਤ ਸੇਨਾ ਨਾਲ ਹੱਥ ਵਿੱਚ ਬਰਸ਼ੇ ਪਕੜੇ ਹੋਏ ਰਾਜਕੁਮਾਰੀ ਨੂੰ ਪ੍ਰਾਪਤ ਕਰ ਲਈ ਆ ਪਹੁੰਚੇ ਸਨ ਮੋਰ ਤਾਂ ਦੇ ਰਾਜੇ ਦਾ ਨਾਮ ਬਿਕਰ ਸਿੰਘ ਅਤੇ ਅਮੀਰ ਦੇ ਰਾਜੇ ਦਾ ਨਾਮ ਅਮਿਤ ਸਿੰਘ ਸੀ ਉਹਨਾਂ ਨੇ ਬਹੁਤ ਯੁੱਧ ਜਿੱਤੇ ਸਨ ਅਤੇ ਰਣ ਵਿੱਚ ਕਦੇ ਪਿੱਠ ਨਹੀਂ ਵਿਖਾਈ ਸੀ ਉਹ ਦੋਵੇਂ ਰਾਜੇ ਸੇਨਾ ਕੱਠੇ ਕਰਨ ਲਈ ਤੁਰ ਪਏ ਅਤੇ ਕਈ ਤਰ੍ਹਾਂ ਦੇ ਜੰਗੀ ਬਾਜੇ ਵਜਾਏ ਜਿਦ ਰਾਜਕਮਾੜੀ ਨੇ ਉਹਨਾਂ ਨੂੰ ਅੱਖਾਂ ਨਾਲ ਦੇਖਿਆ ਤਾਂ ਸੇਨਾ ਸਮੇਤ ਉਹਨਾਂ ਨੂੰ ਮਾਰ ਹੀ ਸੁੱਟਿਆ ਜਿਦ ਰਾਜਕਮਾੜੀ ਨੇ ਦੋਵੇਂ ਰਾਜੇ ਮਾਰ ਦਿੱਤੇ ਤਦ ਸਾਰੇ ਵੱਡੇ ਰਾਜੇ ਚੋਪ ਕਰਕੇ ਖੜੂ ਗਏ ਉਹ ਮਾਨ ਵਿੱਚ ਸੋਚਣ ਲੱਗੇ ਕਿ ਯੁੱਧ ਭੂਮੀ ਨੂੰ ਛੱਡ ਕੇ ਇਹ ਰਾਜਕੁਮਾਰੀ ਨਹੀਂ ਚਲੇਗੀ ਅਤੇ ਸਾਰਿਆਂ ਨੂੰ ਪ੍ਰਾਣੋਂ ਤੋਂ ਬਿਨਾਂ ਕਰ ਦੇਵੇਗੀ ਬੁੰਦੇ ਰਿਆਸ្ត ਦਾ ਰਾਜਾ ਰੁਣਤ ਕਟ ਚਲ ਪਿਆ ਅਤੇ ਮਦੁਦ ਕਟ ਸਿੰਘ ਵੀ ਬਹੁਤ ਗ੍ਰੋਧਿਤ ਹੋ ਗਿਆ ਜਿਸ ਨੂੰ ਲੋਕ ਹੀ ਉਜੈਨ ਦਾ ਰਾਜਾ ਕਹਿੰਦੇ ਹਨ ਉਸ ਨੂੰ ਜਿੱਤੇ ਬਿਨਾਂ ਜਗਤ ਵਿੱਚ ਕੋਣ ਰਹਿ ਸਕਦਾ ਸੀ ਜਦੋਂ ਰਾਜਕੁਮਾਰੀ ਇਹ ਉਹਨਾਂ ਨੂੰਂ ਦੇਖਿਆ ਤਾਂ ਉਸ ਨੇ ਆਪਣੇ ਹੱਥਾਂ ਵਿੱਚ ਹਥਿਆਰ ਪਕੜ ਲਏ ਰਾਜਕੁਮਾਰੀ ਅਤਿ ਕ੍ਰੋਧ ਕਰਕੇ ਬਾਦਪੂਰਕ ਕਵਤ ਚੁਲਾਏ ਅਤੇ ਸ਼ੇਨ ਪਰ ਵਿੱਚ ਉਹਨਾਂ ਨੂੰ ਦਰ ਸਹਿਤ ਮਾਰ ਦਿੱਤਾ ਗੰਗਾ ਵਾਲੇ ਪਹਾੜੀ ਰਾਜੇ ਅਤੇ ਜਮਨਾ ਦੇ ਪਹਾੜ ਵਿੱਚ ਰਹਿਣ ਵਾਲੇ ਰਾਜੇ ਅਤੇ ਸਾਰਸਵਤੀ ਵਾਲੇ ਰਾਜੇ ਹੱਥ ਪੂਰਵਕ ਇਕੱਠੇ ਹੋ ਕੇ ਚੱਲਦੇ ਰਹੇ ਸਨ ਸਤਲੁਜ ਅਤੇ ਬਿਆਸ ਆਦਿ ਦੇ ਰਾਜਿਆਂ ਨੇ ਆਪਣੇ ਪੈਰ ਜਮਾਏ ਅਤੇ ਸਾਰੇ ਮਿਲ ਕੇ ਕ੍ਰੋਧਿਤ ਹੋ ਗਏ ਕਰਮ ਸਿੰਘ ਪੂਰਨ ਪੁਰਸ਼ ਸੀ ਅਤੇ ਕਰਮ ਸਿੰਘ ਦੇਵਤਿਆਂ ਵਾਂਗ ਗਿਆਨਮਾਨ ਸੀ ਧਰਮ ਸਿੰਘ ਬਹੁਤ ਅੜੀ ਸੀ ਅਤੇ ਅਮਿਤ ਯੁੱਧ ਦੀ ਖਾਨ ਸੀ ਰਮਰ ਸਿੰਘ ਅਤੇ ਅਚਲ ਸਿੰਘ ਮਾਨ ਵਿੱਚ ਬਹੁਤ ਕ੍ਰੋਧਿਤ ਹੋਏ ਇਹ ਪੰਜੇ ਪਹਾੜੀ ਰਾਜੇ ਰਾਜਕੁਮਾਰੀ ਨਾਲ ਯੁੱਧ ਕਰਨ ਲਈ ਸਾਹਮਣੇ ਆ ਗਏ ਪੰਜੇ ਪਹਾੜੀ ਰਾਜੇ ਯੁੱਧ ਲਈ ਤੁਰ ਪਏ ਬਹੁਤ ਸਾਰੇ ਬਕਵੇ ਲੈ ਕੇ ਆ ਗਏ ਉਹਨਾਂ ਨੇ ਗੁੱਸੇ ਨਾਲ ਪੱਤਰਾਂ ਦੀ ਬੈਠਕ ਕੀਤੀ ਅਤੇ ਮੂੰਹ ਤੋਂ ਮਾਰੋ ਮਾਰੋ ਦਾ ਉਚਾਰਣ ਕੀਤਾ ਦੋਹਾਂ ਪਾਸਿਓਂ ਤੋਹ ਨਗਾਰੇ ਵਜੇ ਅਤੇ ਸ਼ਸ਼ਤਰ ਨਾਲ ਸਜੋਏ ਸੂਰਮੇ ਗਜੇ ਹਿਰਦੇ ਵਿੱਚ ਬਹੁਤ ਗੁੱਸੇ ਹੋ ਕੇ ਲੜੇ ਅਤੇ ਘੱਟ ਘੱਟ ਕੇ ਮਰਦੇ ਹੋਏ ਅਪਸ਼ਰਾਵਾਂ ਨੂੰ ਵੜਨ ਲੱਗੇ ਪੰਜੇ ਰਾਜੇ ਬਾਂਚਰਾ ਰਹੇ ਸਨ ਅਤੇ ਗੂੜ ਕੇਰੇ ਬਨ ਕੇ ਸਾਹਮਣੇ ਆ ਰਹੇ ਸਨ ਤਦ ਵਿੱਚ ਤਿਰ ਦੇਵ ਨੇ ਸ਼ਸ਼ਤਰਾਂ ਦਾ ਪਰਹਾਰ ਕੀਤਾ ਅਤੇ ਜਿਹਨ ਪਰ ਵਿੱਚ ਸਾਰੇ ਮਾਰ ਸੁੱਤੇ ਵਿੱਚ ਤਿਰ ਦੇਵ ਨੇ ਪੰਜ ਰਾਜ ਨੂੰ ਮਾਰ ਦਿੱਤਾ ਅਤੇ ਹੋਰ ਵੀ ਸੂਰਮੇ ਚੁੰਨ ਚੁੰਨ ਕੇ ਸੰਘਾਰ ਦਿੱਤੇ ਤਦ ਉਸ ਉਤਰਾਜੇ ਹੋ ਚਾਲ ਪਏ ਜੋ ਜੁਦ ਕਰਨ ਵਿੱਚ ਬਹੁਤ ਸ਼ਕਸ਼ਤੀ ਸ਼ਾਦੀ ਸਨ ਕਾਂਸ਼ੀ ਅਤੇ ਮਗਧ ਦੇ ਰਾਜ ਗੁਰਿਤ ਹੋਏ ਅਤੇ ਅੰਗ ਤੇ ਬੰਗ ਬੰਗਾਲ ਦੇ ਰਾਜੇ ਨੇ ਪੈਰ ਗੱਜਦੇ ਇਸ ਤੋਂ ਇਲਾਵਾ ਕਲਿੰਗ ਦੇਸ਼ ਦਾ ਰਾਜਾ ਵੀ ਟੁਰ ਪਿਆ ਅਤੇ ਤਗਿਤ ਦੇਸ਼ ਦਾ ਰਾਜਾ ਵੀ ਆ ਪੁੰਚਿਆ ਕਾਮਰੂਪ ਦਾ ਰਾਜਾ ਅੰਬਿਤ ਸੇਨਾ ਲੈ ਕੇ ਆ ਗਿਆ ਇਹਨਾਂ ਸੂਰਮਿਆਂ ਨੇ ਉਥੇ ਧਾਨਕ ਯੁੱਧ ਕੀਤਾ ਜਿਸ ਨੂੰ ਇਹ ਕਿ ਸੂਰਜ ਅਤੇ ਚੰਦਰ ਮਹਾਰਾਣ ਹੋ ਗਏ ਅਤੇ ਇੰਦਰ ਕੰਬੜ ਲੱਗ ਪਿਆ ਕਿਤੇ ਇਕੱਟੇ ਹੋਏ ਅੰਗ ਤੇ ਕਿਤੇ ਉਗਣੀਆਂ ਤੜਫ ਰਹੀਆਂ ਸਨ ਕਿਤੇ ਸੂਰਮੇ ਪਾਈ ਹਨ ਅਤੇ ਕਿਤੇ ਉਹਨਾਂ ਦੇ ਟੰਗਾ ਤੜਫ ਰਹੀਆਂ ਸਨ ਉਹ ਸੂਰਮੇ ਹਾਟਪੂਰੂ ਦੇ ਯੁੱਧ ਵਿੱਚ ਲੜ ਰਿਹਾ ਸੀ ਅਤੇ ਗਿੱਦੜ ਅਤੇ ਗਿਰਜਾ ਮਾਸ ਲੈ ਕੇ ਜਾ ਰਹੀਆਂ ਸਨ ਰਾਜਕੁਮਾਰੀ ਨੇ ক্রুদ্ধ ਹੋ ਕੇ ਸੂਰਮੇ ਨੂੰ ਮਾਰ ਦਿੱਤਾ ਜਿਸ ਨੂੰ ਵੀ ਮਾਰਨਾ ਚਾਹਿਆ ਰਥ ਭਜਾ ਕੇ ਮਾਰ ਦਿੱਤਾ ਮਾਨ ਵਿੱਚ ਬਹੁਤ ਗੋਧ ਕਰਕੇ ਅਣਗਿਣਤ ਪੈਦਲ ਮਾਰ ਦਿੱਤੇ ਸ਼ਸਤਰਾਂ ਅਤੇ ਅਨੇਕ ਪ੍ਰਹਾਰ ਕਰਕੇ ਰਥਾਂ ਅਤੇ ਹਾਥੀਆਂ ਵਾਲੇ ਨੂੰ ਮਾਰ ਦਿੱਤਾ ਰਾਜਕੁਮਾਰੀ ਨੇ ਸੱਤ ਰਾਜਿਆਂ ਨੂੰ ਦੇਖਿਆ ਬਹੁਤ ক্রুদ্ধ ਹੋ ਕੇ ਉਨ੍ਹਾਂ ਤੇ ਤੀਰ ਜਲਾਏ ਰਥਾਂ ਸਮੇਤ ਸਾਰੇ ਅਤੇ ਉਨ੍ਹਾਂ ਨੂੰ ਮਾਰ ਦਿੱਤਾ ਅਤੇ ਸੇਨਾ સહિત ਨਿਰਤ ਲੋਕ ਨੂੰ ਕਹਿ ਦਿੱਤਾ ਪਦ ਉਪਰੰਤ ਫੁਰ ਰਾਜੇ ਉੱਠ ਕੇ ਚਾਲ ਪਏ ਅਦੇ ਚੁੰਡ ਬਣਾ ਕੇ ਰਾਜਕੁਮਾਰ ਦੇ ਸਾਹਮਣੇ ਆਏ ਦਸ਼ਾ ਦਸ਼ਾਵਾਂ ਤੋ ਖੁਦਿਤ ਹੋ ਕੇ ਟੋਕ ਪਏ ਅਤੇ ਮੂਤੋ ਮਾਰ ਮਾਹੂ ਕੋਨ ਲਗੇ ਬੀਰ ਕੇ ਤੁੜਤ ਵਾਲਾ ਬੰਕਸ ਹੁਰਮਸੀ ਅਤੇ ਚਿਤ੍ਰਕੇਤ ਦੇਵਤਿਆ ਵਾਂਗ ਸਿਆਣਾ ਸੀ ਚਿਤ੍ਰਕੇਤ ਤੂ ਬਹਾਦਰ ਛਤਰੀ ਸੀ ਅਤੇ ਵਿਕਟਕੇਤ ਤੂ ਮਹਾਉਥੀ ਬਰਵਾਂ ਸੀ ਇੰਦ੍ਰ ਕੇ ਤੂ ਅਤੇ ਉਪਿੰਦ੍ਰ ਤੁ ਜਮਾਨ ਵਿੱਚ ਬਹੁਤ ਗੋਧ ਵਧਾ ਕੇ ਅਤੇ ਗੀਤ ਇਹ ਤੂ ਦਾਨਵ ਸਹਿਤ ਆ ਪੋਜੇ ਸੱਤੇ ਰਾਜੇ ਸ਼ਸਤਰ ਤਾਪਨ ਕਰਕੇ ਅਤੇ ਅਮਿਤ ਸੇਨਾ ਨਾਲ ਲੈ ਕੇ ਟੁੱਟ ਪਏ ਅਤੇ ਬਿਲਕੁਲ ਨੰਦਰੇ ਉਹਨਾਂ ਨੇ ਹਥਿਆਰ ਚੁਤਲਵਾ ਰਤਾ ਆਮ ਕਿਤੇ ਆ ਗਏ ਸੈਸਤਰ ਨੂੰ ਸੰਭਾੜ ਕੇ ਸੂਰਮੇ ਤੁਰ ਪਏ ਅਤੇ ਸੇਨਾ ਹਰ ਸਜਾ ਕੇ ਰਾਜਕੁਮਾਰ ਦੇ ਕੋਲ ਆ ਗਏ ਬਚਤਰ ਦੇ ਹੱਥ ਵਿੱਚ ਹਥਿਆਰ ਲੈ ਕੇ ਬੇ ਹਿਸਾਬ ਸੂਰਮੇ ਨੂੰ ਪ੍ਰਾਣਾ ਤੋਬੇ ਨਾ ਕਰ ਦਿੱਤਾ ਰਾਜਕਮਾਰ ਨੇ ਬੀਰ ਕੋ ਤੁਦਾ ਸਿਰ ਕੱਟ ਕੇ ਅਤੇ ਚਤ੍ਰਕੇ ਤੁਮ ਲੱਖ ਤੋਂ ਵੱਡ ਦਿੱਤਾ ਫਿਰ ਚਤ੍ਰਕੇ ਤੁ ਛਤਰੀ ਨੂੰ ਮਾਰ ਦਿੱਤਾ ਅਤੇ ਵਿਕਰਕ ਦੇ ਤਿਲੂ ਮਿਤਰ ਲੋਕ ਵਿੱਚ ਪਿਦਾ ਦਿੱਤਾ ਇੰਦਰਕੇ ਤੁ ਅਤੇ ਉਪਿੰਦਰ ਤੁ ਜ ਦੋਹਾਂ ਨੂੰ ਗੁਰਦਤ ਹੋ ਕੇ ਮਾਰ ਦਿੱਤਾ ਅਤੇ ਫਿਰ ਗੀਤ ਕੇ ਤੁ ਦਾਨਵ ਨੂੰ ਯਮ ਲੋਕ ਤੇ ਦੇ ਦਿੱਤਾ ਸਤਾਰਾ ਆਗਿਆ ਦੀ ਸੇਨਾ ਕਰੋ ਨਾ ਪਰ ਕੇ ਅੜਾ ਕੇ ਪੈ ਗਈ ਉਸ ਰਾਜਕੁਮਾਰੇ ਤਦ ਤੱਕ ਸਭ ਨੂੰ ਮਿਤ ਲੋਕ ਨੂੰ ਪੈ ਜਿੱਤਾ ਸੁਮਤ ਕੇ ਤੋ ਇੱਕ ਵੱਡਾ ਸੂਰਮਾ ਸੀ ਉਸਨੇ ਸਬਰ ਸਿੰਘ ਨੂੰ ਨਾਲ ਲੈ ਕੇ ਤੇ ਬ੍ਰਹਮ ਕੇ ਤੈ ਨੂੰ ਨੇ ਆਪਣਾ ਦਲੇ ਵਿਧਾਇਕ ਇੰਜ ਜਲੇ ਮਾਨੋ ਗੰਦਾ ਉਮੜ ਪਈ ਹੋਵੇ ਕਾਦ ਕੇ ਤੋ ਅਤੇ ਖਟਬਰ ਕੇ ਤੋ ਜੀ ਦੋ ਵਿਸ਼ੇ ਯੋਦੇ ਸਨ ਉਹ ਕਾਦਰੂ ਕੋ ਹੋ ਕੇ ਇਸ ਕੁਮਾਰੇ ਉਤੇ ਆ ਪਏ ਜੀਤ ਕੇ ਤੋ ਦਾਨਵ ਦਾ ਪ੍ਰਾਕ ਕਾਕ ਕੇ ਤੋ ਇਨਾਂ ਲੋਕਾਂ ਵਿੱਚ ਪ੍ਰਸਿੱਧ ਸੀ ਇੱਕ ਕੂੜ ਕੇ ਤੋ ਨਾ ਦਾ ਦਾਨੰ ਆਪਣੇ ਨਾਲ ਬੇ ਹਿਸਾਬ ਦਾ ਲੈ ਕੇ ਆ ਗਿਆ ਕਾਪ ਦੇ ਪੁੱਜ ਕੋਦ ਕਰਕੇ ਉਸ ਦੇ ਦਰਵਾਜ਼ੇ ਖਿੱਚ ਕੇ ਆ ਗਿਆ ਉਸ ਨੇ ਸ਼ੇਰ ਚਿਦਾ ਸਾਦਗੂ ਤੀਰ ਵਰਗੇ ਮੂਹਰਾ ਸਾਰਾ ਤੇਤਮਾਦ ਵਰਗੇ ਅਧਿਕਾਰੇ ਸੱਪ ਵਰਗੇ ਮਾਰ ਦਿੱਤੇ ਕੁੱਤੇ ਗਿੱਧੜ ਗਏ ਤੇ ਸੁਨਾਤਕ ਸੋਜੇ ਤਰ੍ਹਾਂ ਰਤਨਾਗ ਦੇ ਵਾਦੇ ਭਾਰੇ ਪਹਾੜ ਅਕਾਸ਼ ਤੋਂ ਉੱਭਰੇ ਸੰਨ ਅਤੇ ਬੜੀ ਕੁਸ਼ੂਕੀ ਗੇੜ ਘੰਗ ਮਾਰਦੇ ਵਿੱਚੋਂ ਆ ਦਸ਼ਾਮਾ ਤੋਂ ਆ ਗਏ ਦੇਤ ਮੇ ਆਵੀ ਸ਼ਕਤੀ ਦਾ ਪ੍ਰਸਾਰ ਕਰਕੇ ਫਿਰ ਇਸ ਤਰ੍ਹਾਂ ਬੋਲਿਆ ਕਿ ਯੋਧ ਦੇ ਸੁੰਭਰ ਵਿਜੀਤ ਕੇ ਮੈਂ ਤੈਨੂੰ ਆਪਣੇ ਘਰ ਲੈ ਜਾਵਾਂਗਾ ਪਰ ਆਜ ਕੁ ਮਾਰੀ ਹੱਥ ਵਿੱਚ ਹਥਿਆਰ ਫੜੀ ਉਸ ਦੇ ਸਾਹਮਣੇ ਹੋ ਗਈ ਤਵੀਦਾਮ ਕਹਿੰਦੇ ਹਨ ਕਿ ਰਾਜਕੁਮਾਰੀ ਨੇ ਮਜਬੂਤ ਕਮਾਨ ਖਿੱਚੀ ਜਿਸ ਤਰ੍ਹਾਂ ਚਾਹਿਆ ਮਾਰ ਦਿੱਤਾ ਸੂਰਮੇ ਹਦੇ ਦੇ ਤੰਦਾਂ ਵਿੱਚ ਤੀਰ ਇਸ ਤਰ੍ਹਾਂ ਲੱਗੇ ਜਿਨ੍ਹਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਇੰਦਰ ਅਤੇ ਸ਼ੋਕ ਬਾਗ ਦੀਆਂ ਫੁਰਬਾਣੀਆਂ ਵਿੱਚ ਫੁੱਲ ਅਤੇ ਫਲ ਲੱਗੇ ਹੋਣ ਏਲਪਾਨਾ ਕੱਢ ਕੇ ਤੇ ਕ੍ਰਲਤ ਹੋ ਕੇ ਕੁੜਾ ਸੈਨਿਕਾਂ ਦੇ ਸਦਾ ਯੁੱਧ ਵਿੱਚ ਖੁੱਦ ਪਏ ਉਸ ਰਾਜਕੁਮਾਰੀ ਨੇ ਇੱਕ ਫਾਸ ਨਾਲ ਬਹੁਤ ਸਾਰੇ ਬਲਵਾਨ ਸੂਰਮੇ ਪਕੜ ਕੇ ਛਿਂਜੋੜ ਦਿੱਤੇ ਕਿਤੇ ਸਾਜ ਪਏ ਸੰ ਕਿਤੇ ਤਾਜ ਲੱਗੇ ਸੰ ਕਿਤੇ ਖਾਤੀ ਧਰਤੀ ਉਤੇ ਡਿੱਗੇ ਹੋਏ ਸੰ ਸਿਰ ਛਿਤਪਾ ਰਹੇ ਸੰ ਕਿਤੇ ਰਥਾਂ ਵਾਲੇ ਡੁੜਕੇ ਪਏ ਸੰ ਕਿਤੇ ਰਾਤ ਟੁੱਟੇ ਪਏ ਸੰ ਅਤੇ ਕਿਤੇ ਬਿਨਾ ਸਵਾਰਾਂ ਤੇ ਕੋੜੇ ਹਣ ਕਦੇ ਫਿਰਦੇ ਸੰ ਜਿਤਨੇ ਵੀ ਸੂਰਮੇ ਬਹੁਤ ਅਧਿਕ ਗੋਧ ਕਰਕੇ ਆਏ ਸੰ ਉਹ ਸਾਰੇ ਤਨਹੀਨ ਹੋ ਗਏ ਅਤੇ ਸਵਰਗ ਨੂੰ ਸਿਧਾਰ ਗਏ ਜੋ ਕੜੀ ਲਯੋਧ ਜਲਦੀ ਨਾਲ ਪਰਟਕੇ ਡਰੇ ਉਹ ਘਟ ਘਟ ਕੇ ਮਾਰੇ ਗਏ ਅਤੇ ਅਪਸ਼ਰਮਾਂ ਦੇ ਵਾਰ ਲਏ ਜੋ ਯੋਧੇ ਯੁੱਧ ਭੂਮੀ ਵਿੱਚ ਬੇਮੁਖ ਹੋ ਕੇ ਮਾਰੇ ਗਏ ਉਹ ਨਾ ਇਥੋਂ ਦੇ ਰਹੇ ਨਹੀਂ ਉਥੋਂ ਪਰਲੋਕ ਦੇ ਜਿਨ੍ਹਾਂ ਨੇ ਗਾਜਵਤਿਕ ਸਕੂਲ ਮੇਂ ਹਮਾਂ ਨੂੰ ਪ੍ਰਾਨ ਦਿੱਤੇ ਸਨ ਉਹ ਮਨੁਤ ਤੋਂ ਸੇਵ ਜਾ ਕੇ ਸਵਰਗ ਨੂੰ ਚਲੇ ਗਏ ਜਿਨ੍ਹਾਂ ਇਸਤਰੀਆਂ ਨੇ ਅੱਗ ਵਿੱਚ ਸੜ ਕੇ अर्थात ਸਤੀ ਹੋ ਕੇ ਆਪਣੇ ਪ੍ਰਾਨ ਦਿੱਤੇ ਸਨ ਉਹਾਂ ਨੇ ਉੱਥੇ ਅਪਸਰਾਂ ਮਾਂ ਨਾਜ ਕਰਕੇ ਆਪਣੇ ਪਤੀ ਖੋਲੇ ਸਨ ਇਸ ਤਰ੍ਹਾਂ ਉਹ ਰਾਸਕੁਮਾਰੀਨੀ ਬੌਸਾਰੇ ਸੂਰਮੇ ਮਾਰ ਦਿੱਤੇ ਅਤੇ ਸੋਮਤ ਸਿੰਘ ਆਦਿ ਵੀ ਮਾਰ ਦਿੱਤੇ ਫਿਰ ਸਮਰਸੰਦ ਰਾਜ ਨੂੰ ਮਾਰੇ ਅਤੇ ਤਾਦ ਕੇ ਤੁੰਬੇਤ ਲੋਕ ਵਿੱਚ ਭੇਜਿਆ ਫਿਰ ਉਸਨੇ ਬ੍ਰਹਮ ਕੇ ਤੁਝੇ ਪ੍ਰਾਨ ਲੈ ਅਤੇ ਤਾਈ ਕੀ ਕੇ ਤੁਝ ਦਾ ਵਧ ਕੱਢ ਦਿੱਤਾ ਤਦ ਕਰ ਦੇਤ ਦਾੰਤ ਆ ਪਹੁੰਚਿਆ ਦੇ ਉਸ ਥਾਂ ਤੇ ਕਮਾ ਸੰਯੁਦਮ ਚਾ ਦਿੱਤਾ ਫਿਰ ਕੌਲ ਕੇ ਤੂੰ ਤੇਤ ਉੱਠ ਕੇ ਆ ਗਿਆ ਤੇ ਕਮਟ ਕੇ ਤੂੰ ਆਪਣੇ ਮਾਨ ਵਿੱਚ ਬਹੁਤ ਗੋਧਵਾਨ ਹੋਇਆ ਫਿਰ ਉਲਕੂ ਕੇ ਤੂੰ ਧੜ ਲੈ ਕੇ ਚਲਿਆ ਤੇ ਕਿਛਿਤ ਕੇ ਤੂੰ ਗਲਤ ਹੋ ਗਿਆ ਕੌਲ ਕੇ ਤੂੰ ਇਸਤਰੀ ਰਾਜਕੁਮਾਰੀ ਨੇ ਤੇ ਮਾਰ ਦਿੱਤਾ ਤੇ ਕੁਸਤੀਛਤ ਕੇ ਤੀ ਤੂੰ ਵੀ ਮਾਰ ਦਿੱਤਾ ਫਿਰ ਕਸ਼ਕ ਕੇ ਤੂੰ ਗਦਾ ਲੈ ਕੇ ਆਇਆ ਤੇ ਲੂਕ ਕੇ ਤੂੰ ਮਿਰਤ ਲੋਕਵਦ ਪੇਜ ਦਿੱਤਾ ਜਿਸ ਦਸੀ ਉਤੇ ਰਾਜਕੁਮਾਰੀ ਗਦਾ ਦਾ ਵਾਰ ਕਰਦੀ ਇੱਕੋ ਛੱਟ ਨਾਲ ਉਸ ਦਾ ਸਿਰ ਫੇਂ ਦਿੰਦੀ ਕਿਤਨੇ ਹੀ ਸੂਰਮੇ ਅਦੇ ਸਰੀਰਾਂ ਵਿੱਚ ਤੀਰ ਮਾਰ ਕੇ ਉਹਨਾਂ ਨੂੰ ਜੰਪੜੇ ਪੇਜ ਦਿੱਤਾ ਉਸ ਦਾ ਯੋਧ ਨੂੰ ਵੇਖ ਕੇ ਕਿਹੜਾ ਸੂਰਮਾ ਦੇਖ ਸਕਦਾ ਸੀ ਜੋ ਵੀ ਸਾਹਮਣੇ ਆਇਆ ਉਸ ਨੂੰ ਜਮ ਰੂਪ ਵਿੱਚ ਪੇਜ ਦਿੱਤਾ ਦੇਰ ਤੇ ਅਤੇ ਅਨੇਕ ਵੈਰੀ ਦੇ ਤੱਕਰੋਦੂ ਵਗੇ ਤਰਵਾਰਾ ਕੱਟ ਕੇ ਆ ਪਏ ਪੇਤਿਆਂ ਲੋਹ ਹਥਿਆਰ ਤੇ ਪਰਸੇ ਅਤੇ ਭੋਰ ਬਹੁਤ ਸਾਰੇ ਸ਼ਸਤਰ ਲੈ ਕੇ ਤੋਦੜ ਕੇ ਆ ਪਏ ਉਸ ਅਦਾਜ ਕੁਮੜੇ ਹਥਿਆਰ ਲੈ ਕੇ ਦੇਵਤਿਆਂ ਤੇ ਬਿਆਰੀਨ ਨੂੰ ਲਗਾ ਕੇ ਮਾਰ ਦਤਾ ਜਿਨ੍ਹਾਂ ਦੀ ਗਿਲਤੀ ਹੀ ਨਹੀਂ ਕੀਤੀ ਜਾ ਸਕਦੀ ਉਹ ਇਸ ਤਰ੍ਹਾਂ ਦੇ ਪੈਮਾਨੋ ਫਾਂਗ ਖੇੜ ਦੇ ਅਤਿ ਸ਼ਰਾਬੀ ਕੇ ਮਤਵਲੇ ਲੱਗ ਪਏ ਹੋਣ ਘੋੜਿਆਂ ਹਾਥੀਆਂ ਰਥਾਂ ਵਾਲਿਆਂ ਅਤੇ ਉਹਨਾਂ ਨਾਲ ਜੁੜੇ ਹੋਏ ਘੋੜਿਆਂ ਦੇ ਬਹੁਤ ਸਾਰੇ ਯੋਧੇ ਨੂੰ ਮਾਰ ਦਿੱਤਾ ਉਸ ਰਾਜਕੁਮਾਰੀ ਸ਼ੋਮਪਰ ਜਿੱਤ ਕੇ ਜੰਗ ਦੇ ਮੈਦਾਨ ਵਿੱਚ ਵੜ ਗਿਆ ਤੇ ਕੋਈ ਵੀ ਰਾਜਾ ਬਾਕੀ ਹਾਂ ਬਚਿਆ ਘੋੜਿਆਂ ਦੀ ਬਾਹੀ ਲੱਗ ਗਈ ਅਤੇ ਅਨੇਕ ਤਰ੍ਹਾਂ ਦੇ ਵਾਜੇ ਵੱਜੇ ਉਹ ਤੇ ਬਹੁਤ ਸਾਰੇ ਬਾਹਾਂ ਚਲੇ ਤੇ ਇੱਕ ਵੀ ਘੋੜਾ ਨਾ ਬਚਿਆ ਜਦੋਂ ਉਹ ਦੇਵਤਾ ਨੂੰ ਯਮਲੋਕ ਪੇਜ ਦਿੱਤਾ ਉਦੋਂ ਸ਼ੁਭੜ ਸਿੰਘ ਦੀ ਵਾਰੀ ਆ ਗਈ ਉਸ ਨੂੰ ਰਾਜਕਮਰਦ ਨੇ ਕਿਹਾ ਜਾਂ ਤਾਂ ਮੇਰੇ ਨਾਲ ਲੜੋ ਜਾਂ ਹਾਰ ਮੰਨ ਕੇ ਮੇਰੇ ਨਾਲ ਗਿਆ ਕਰੋ ਜਦ ਸ਼ੁਭੜ ਸਿੰਘ ਨੇ ਇਸ ਤਰ੍ਹਾਂ ਸੁਣਿਆ ਤਾਂ ਮਨ ਵਿੱਚ ਬਹੁਤ ਗੁੱਸਾ ਵਧਾਇਆ ਕਿ ਮੈਂ ਇਸ स्त्री ਨਾਲ ਯੁੱਧ ਕਰਨੋਂ ਡਰਦਾ ਹਾਂ ਤੇ ਉਸ ਦਾ ਧਰਮ ਮੰਨ ਕੇ ਇਸ ਨੂੰ ਵਾਰ ਲਵਾ ਕੈਸ ਹੋੜ ਮੈਨ ਮਸਤਹਾਰ ਤਨੂ ਗਰਜਾਇਆ ਅਤੇ ਕਈਆਂ ਨੇ ਘੋੜਿਆਂ ਤੇ ਕਾਟੀਆਂ ਪਾ ਕੇ ਇਸਨ ਨੂੰ ਨਿਡਕਾਇਆ ਕਿਤੇ ਸੂਰਮੇ ਸ਼ਸਤਰ ਅਤੇ ਕਵਚ ਕਸਰਾਏ ਸੰਾਦੇ ਕਿਤੇ ਜੋਗਨ ਲਹੂ ਦੇ ਖਬਰ ਪਾ ਕੇ ਹਾਸ ਰਾਇਆ ਸੰਾ ਸ਼ੁਭਰ ਸਿੰਘ ਹੱਥ ਵਿੱਚ ਸੁੰਦਰ ਸ਼ਸਤਰ ਲੈ ਕੇ ਤੇ ਬਹੁਤ ਬਟਾਦਾਂ ਲੱਗੇ ਉਮੜ ਪਿਆ ਉਸ ਦੇ ਸੇਨਾ ਵਿੱਚ ਹੱਥੀਕ ਅਵਸਤਾਰੀ ਖੜਗਦਾਰੀ ਤੇ ਕਵਾਰੀਆਂ ਵਾਲੇ ਸਭ ਦੀ ਨਿਸ਼ਾ ਕਰ ਦੇਣ ਵਾਲੇ ਸਨ ਕੋਈ ਟਲ ਜਾਂਦਾ ਸੀ ਕੋਈ ਆ ਕੇ ਅੜ ਜਾਂਦਾ ਸੀ ਅਤੇ ਕੋਈ ਰਾਜਕੁਮਾਰ ਤੇ ਜਖਮ ਖਾ ਕੇ ਚੂਜ ਕੇ ਡਿਗ ਪੈਂਦਾ ਸੀ ਮਾਨੋ ਸ਼ਰੀਰ ਵਿੱਚ ਵੀ ਪੂਤੀ ਮਲ ਕੇ ਮਲੰਗ ਲੋਕ ਪੰਗ ਪੀ ਕੇ ਸੁੱਤੇ ਪਏ ਹੋਣ ਉਤੇ ਅਜੇ ਤੱਕ ਲੜੀ ਹੋਦ ਹੋਇਆ ਕਿ ਇਕ ਵੀ ਸੂਰਮਾ ਜੀ ਉਹਦਾ ਨਾਂ ਬਚਿਆ 10 ਹਜ਼ਾਰ ਮਸਤਾ ਹਾਥੀ ਮਾਰੇ ਗਏ ਅਤੇ 20 ਹਜ਼ਾਰ ਸਮੁੰਦਰੀ ਕੋੜੇ ਮਾਰ ਦਿੱਤੇ 3 ਲੱਖ 30 ਯਾਰ ਬੱਲਾ ਮਾਰ ਦਿੱਤਾ ਤੇ 23 ਲੱਖ ਰੱਤ ਨਸ਼ਟ ਕਰ ਦਿੱਤੇ 12 ਲੱਖ ਹੱਥ ਵਿਕਟਰਾਂ ਬਾਰੇ ਅਤੇ ਅਣਗਿਣਤ ਮਹਾਰਥੀ ਮਾਰ ਦਿੱਤੇ ਇਕੱਲਾ ਤਰ੍ਹਾਂ ਸ਼ੂਬਰ ਸਿੰਘ ਬਚਿਆ ਉਸਦਾ ਇਕ ਵੀ ਸਾਥੀ ਨਾ ਰਿਹਾ ਹਾਥੀ ਕੋੜੇ ਰਾਹ ਤਾ ਤੇ ਰਥਾਂ ਨਾਲ ਜੁੱਤੇ ਹੋਏ ਕੋੜੇ ਕੱਟ ਕੇ ਡਿੱਗੇ ਪਏ ਸਨ ਉਸ ਇਸਤਰੀ ਨੇ ਸਹਾਦੇ ਕੁਮਾਰੀ ਨੇ ਪਤੀ ਨਾਲ ਦੁਵੰਦ ਯੁੱਧ ਮਚਾਇਆ ਜਿਸ ਨੂੰ ਵੇਖਣ ਲਈ ਸੂਰਜ ਅਤੇ ਚੰ드ਰਮਾ ਵੀ ਯੁੱਧ ਵਿੱਚ ਆ ਗਏ। ਵਰਮਹਾਂਸ ਤੇ ਚੜ ਕੇ ਆਇਆ। ਪੰਜ ਮੂੰਹਾਂ ਵਾਲਾ ਸ਼ੇਰ ਵੀ ਉੱਥੇ ਆਇਆ। ਇਸਤਰੀ ਨੇ ਪਿਤਾ ਨੂੰ ਕੋਮਲ ਬਾਣ ਮਾਰੇ ਕਿਉਂਕਿ ਉਸ ਨੂੰ ਜਹਾਂ ਤੋਂ ਮਾਰਨਾ ਨਹੀਂ ਚਾਹੁੰਦੀ ਸੀ। ਦਾਸੇ ਕਿਤੇ ਬਾਣ ਲੱਗਨ ਨਾਲ ਪਤੀ ਮਰ ਨਾ ਜਾਏ ਅਤੇ ਮੈਨੂੰ ਅੱਗੇ ਵਿੱਚ ਵੜਨਾ ਪਵੇ। ਉਹ ਚਾਰ ਪਹਿਰ ਤੱਕ ਉੱਥੇ ਪਤੀ ਨਾਲ ਲੜੀ। ਦੋਹਾਂ ਨੇ ਬਨਾਂ ਦੀ ਬਹੁਤ ਬਰਖਾ ਕੀਤੀ। ਤਦ ਲਗ ਸੂਰਜ ਡੁੱਬ ਗਿਆ ਅਤੇ ਪੂਰਬ ਵੱਲੋਂ ਚੰ드ਰਮਾ ਪ੍ਰਗਟ ਹੋ ਗਿਆ। ਬੰਗਾਰਮਗਾਰ ਕੇ ਜੋਤ ਪਾਇਆ ਤੇ ਕੋਈ ਵੀ ਸੁਰਮਾਂ ਜੀ ਹੁੰਦਾਂ ਨਾ ਬਚ ਯੁੱਧ ਕਰਕੇ ਬਹੁਤ ਥੱਕ ਗਏ ਤੇ ਯੁੱਧ ਭੂਮੀ ਵਿੱਚ ਨਿਮੈ ਬੈ ਗਏ ਉਹ ਜ਼ਖਮਾਂ ਦੇ ਲਗਨ ਨਾਲ ਕਾਇਰ ਹੋ ਗਏ ਸਨ ਅਤੇ ਬਹੁਤ ਅਧਿਕ ਲੜਾਈ ਕਰਕੇ ਥੱਕ ਗਏ ਦੋਵੇਂ ਯੁੱਧ ਭੂਮੀ ਵਿੱਚ ਬੇਸਵਤ ਦੇ ਲੱਗ ਪਏ ਪਰ ਹੱਥ ਵਿੱਚੋਂ ਕਿਸੇ ਨੇ ਵੀ ਘਤ ਪਹਾਨਾ ਛੱਡੀ ਬੜੇ ਇਤਨਾਚਰ ਸੰਜੁਗਣ ਹੱਸ ਰਹੀ ਹਸਣਾ ਅਤੇ ਗਿੱਦੜ ਅਤੇ ਗੇਂਜਾ ਫੇਰ ਰਹੀਆਂ ਸਨ ਉਹ ਦੋਵੇਂ ਸਾਰੀ ਰਾਤ ਬੇਹੋਸ਼ ਰਹਿ ਜਾਂਦੇ ਕੋਈ ਸੁਧਨਾ ਨਹੀਂ ਪੂਰਬ ਦਿਸ਼ਾ ਵਿੱਚ ਸੂਰਜ ਪੈਕਟ ਹੋਇਆ ਤੇ ਚੰਦਰਮਾ ਛਿਪ ਗਿਆ ਫਿਰ ਤਰਤੀਏ ਦੀ ਇਸਤਰੀ ਮਨ ਵਿੱਚ ਬਹੁਤ ਕ੍ਰੋਧ ਵਧਾ ਕੇ ਯੁੱਧ ਕਰਨ ਲੱਗੇ ਦੋਵੇਂ ਉੱਠ ਕੇ ਅੱਠ ਪੈ ਤਾਂ ਕਿ ਲੜੇ ਕਵਚਾਂ ਦੇ ਟੁੱਟੇ ਚਾਰਗੇ ਦੋਹਾਂ ਨੇ ਬਹੁਤ ਲੜਾਈ ਕੀਤੀ ਸੂਜ ਦੁਬ ਗਿਆ ਤੇ ਰਾਦ ਹੋ ਗਈ। ਇਸਤਰੀ ਨੇ ਬਾਹਣਾ ਨਾਲ ਚਾਰ ਕੋੜੇ ਮਾਰ ਦਿੱਤੇ ਅਤੇ ਰੱਤ ਦੇ ਦੰਦوں ਵਿੱਚ ਚੱਕੇ ਕੱਟ ਦਿੱਤੇ। ਪਤੀ ਦੇ ਚੰਦੇ ਨੂੰ ਕੱਟ ਕੇ ਤਰਜੀ ਤੇ ਸੁੱਟ ਦਿੱਤਾ ਅਤੇ ਰਾਤ ਨੂੰ ਉਹਨੂੰ ਯਮਲੋਕ ਵਿੱਚ ਭੇਜ ਦਿੱਤਾ। ਫਿਰ ਛੋਕਰ ਸੇ ਮਤੀਰ ਮਾਰਿਆ ਤੇ ਉਸਨੂੰ ਬੇਹੋਸ਼ ਕਰਕੇ ਧਤੀ ਤੇ ਸੁੱਟ ਦਿੱਤਾ। ਜਦੋਂ ਉਸਨੂੰ ਬੇਹਸ਼ੋয়া ਵੇਖਿਆ ਤਾਂ ਉਸਨੇ ਆਪ ਇਸਤਰੀ ਦਾ ਰੂਪ ਧਾਨ ਕੀਤਾ। ਰੱਬ ਤੋਂ ਉੱtre ਕੇ ਪਾਣੀ ਦੇ ਆਈ ਅਤੇ ਕੰਨਾਂ ਦੇ ਨੇੜੇ ਹੋ ਕੇ ਕਿਹਾ اے ਨਾ ਸੁਣ ਮੈਂ ਤੁਹਾਡੀ ਪਤਨੀ ਹਾਂ ਤੁਹਾਨੂੰ ਪ੍ਰਾਣਾ ਤੋਂ ਪਿਆਰ ਕਰਦੀ ਹਾਂ। ਜਦੋਂ ਚੜਕਨ ਨਾਲ ਉਹ ਜਾਗ ਪਿਆ ਉਸਦੇ ਸਰੀਰ 'ਤੇ ਬਹੁਤ ਸਾਰੇ ਜ਼ਖਮ ਲੱਗੇ ਹੋਏ ਸਨ ਉਸ ਨੂੰ ਮਾਰੇ ਚੰਗੇ ਦੁਸ਼ਟ ਅਤੇ ਸੱਜਣ ਦੀ ਕੋਈ ਪਛਾਣ ਨਾ ਰਹੀ ਜਦੋਂ ਇਸਤਰੀ ਦਾ ਨਾਮ ਸੁਣੇ ਤਾਂ ਕਾਇਲ ਸ਼ੁਭਰ ਸਿੰਘ ਕੰਬਦੇ ਹੋਏ ਬੋਲ ਜਣਾਇਆ ਤਾਂ ਤਾਂ ਨਿਕੜ ਕੇ ਉਸ ਦੀ ਵਿੜਾਈ ਕੀਤੀ ਅਤੇ ਬੁਸ਼ਿਆ ਕੀ ਸਦਾਈ ਤੂ ਇੱਥੇ ਆਈ ਹੈ हे ਰਾਜਾ ਸੁਣੋ ਮੈਂ ਲਾਜ ਛੱਡ ਕੇ ਇਸ ठाਕਿਆ ਪਹੁੰਚੀ ਹਾਂ ਤੇ ਦੇਖ ਰਹੀ ਹਾਂ ਕਿ ਜੇ ਮੈਂ ਤੁਹਾਨੂੰ ਜਿਉਂਦਾ ਵੇਖਿਆ ਤਾਂ ਆ ਜਾਵਾਂਗੀ ਜੇ ਮਰ ਗਏ ਤਾਂ ਜਾ ਕੇ ਬਰ ਲਵਾਂਗੀ ਕਾਇਲ ਰਾਜੇ ਨੇ ਕੰਮ ਕੇ ਤੇ ਅੱਖਾਂ ਬੰਦ ਕਰਕੇ ਤੇ ਹ ਇਸ ਤਰ੍ਹਾਂ ਕਿਹਾ हे ਇਸਤਰੀ ਮਨ ਇਸੇ ਤਵਾਰ ਮੰਗ ਲੈ ਮੈਂ ਤੈਨੂੰ ਉਹੀ ਵਰ ਦਿਆਂਗਾ ਤਦ ਉਸ ਨੂੰ ਤਦ ਮੈਂ ਤੁਹਾਨੂੰ ਜੀਦਾ ਦੇਖਿਆ ਤਾਂ ਸਮਝਿਆ ਕਿ ਵਿਦਾਤਾ ਨੇ ਤੁਹਾਨੂੰ ਨਵਾਂ ਜਨਮ ਦਿੱਤਾ ਹੈ ਇਸ ਨੇ ਮਨ ਵਿੱਚ ਸ਼ੰਕਾਾਂ ਤਾਂ ਵੱਧੇ ਮੇਰੇ ਨਾਲ ਫਿਰ ਵੇਖarlo ਜੋ ਇਸ ਤਵੀ ਨੇ ਕਿਹਾ ਉਹੀ ਪਤੀ ਨੇ ਮੰਨ ਲਿਆ ਤੇ ਦੁਖੀ ਹੋਇਆ ਤੇ ਭੇਦ ਅਤੇ ਅਪੇਦ ਕੁਝ ਨਾ ਸਮਝ ਸਕਿਆ ਉਹ ਤੇ ਚੱਕਮਕ ਪੱਥਰ ਅਗੜ ਕੇ ਅੱਗੇ ਜਲਾਈ ਅਤੇ ਪਿਆਰੀ ਨਾਲ ਫੇਰੇ ਲਾਇਆ ਫਿਰ ਵੀ ਚਿਤਕ ਦੇ ਨੇ ਇਸ ਤਰ੍ਹਾਂ ਕਿਹਾ ਹੈ नाथ ਤੁਸੀਂ ਮੇਰੀ ਗੱਲ ਸੁਣੋ ਕਾਮਦੇਵ ਅਤੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੋਇਆ ਹੈ ਤੇ ਇਸ ਨੇ ਤੁਹਾਡੇ ਬਿਨਾ ਮੈਨੂੰ ਬਹੁਤ ਦੁੱਖ ਦਿੱਤਾ ਹੈ ਹੈ नाथ ਤੁਸੀਂ ਕਿਉਂ ਤੋੜ ਕੇ ਮੇਰੇ ਨਾਲ ਸੰਭੋਗ ਕਰੋ ਅਤੇ ਮੇਰੇ ਸਾਰੇ ਅਪਰਾਧ ਖਿਮਾ ਕਰ ਦਿਓ ਤਦ ਰਾਜੀ ਨਾਲ ਉਸ ਨਾਲ ਰਾਜੀ ਨੇ ਉਸ ਨਾਲ ਸੰਭੋਗ ਕੀਤਾ ਇਸ ਤਰੀ ਰਾਜ ਕਮਾਈ ਦਾ ਸਾਰਾ ਦੁੱਖ ਦੂਰ ਕਰ ਦਿੱਤਾ ਰਾਜੀ ਨਾਲ ਲਿਪਟ ਲਿਪਟ ਕੇ ਸੰਭੋਗ ਕੀਤਾ ਤੇ ਇਸ ਤਰੀ ਨੇ ਚਿੰਬੜ ਚਿੰਬੜ ਕੇ ਸਖਸ ਕੀਤਾ ਉਸ ਦੇ ਵਿਕਟ ਰੂਪ ਵਿਕਟ ਦੁੱਖ ਚਟਪਟ ਕਰਤੇ ਗਏ ਅਤੇ ਮਨ ਵਿੱਚ ਸੁੱਖ ਪ੍ਰਾਪਤ ਕੀਤਾ ਪਤੀ ਨੇ ਰਤੀ ਕੇਲ ਮਤਲਬ ਕਿ ਸੰਭੋਗ ਕਰਕੇ ਰਾਜਕੁਮਾਰੀ ਨੂੰ ਰਾਤ ਉਤੇ ਚੜਾ ਲਿਆ ਤੇ ਸਵੇਰ ਵੇਲੇ ਤੋਂ ਸਭ ਜਾ ਕੇ ਵਿਆਹ ਕਰ ਲਿਆ ਰਾਜ ਨੂੰ ਸਾਰੇ ਰਾਜ ਨੂੰ ਬੇਦਿਤਤਾ ਦਾ ਸ਼ੁਭਰ ਸਿੰਘ ਨੂੰ ਆਪਣਾ ਪਤੀ ਬਣਾ ਰਿਹਾ ਉਸ ਇਸਤਰੀ ਨੇ ਕਮਾਸਾਂ ਜੁੱਧ ਕਰਕੇ ਸਾਰੇ ਰਾਜ ਨੂੰ ਹਮਾ ਦਿੱਤਾ ਅਤੇ ਜੈਲ ਨਗਰ ਆਵਜਾ ਕੇ ਸ਼ੁਭਰ ਸਿੰਘ ਨੂੰ ਆਪਣਾ ਪਤੀ ਬਣਾ ਲਿਆ ਘੋੜੇ ਹਾਥੀ ਰਥ ਆਦਨਸ਼ਟ ਕਰ ਦਿੱਤੇ ਅਤੇ ਰਾਜ ਨੂੰ ਬਾਦ ਕਮਜੂਰ ਕਰ ਦਿੱਤਾ ਜੋਦੂਪ ਸਵੰਬਰ ਜਿੱਤ ਕੇ ਸ਼ੁਭਰ ਸਿੰਘ ਨੂੰ ਆਪਣਾ ਪਤੀ ਬਣਾ ਲਿਆ ਦੇਤਾਂ ਦੇ ਰਾਜਾ ਉਤੇ ਧਰਤੀ ਅਤੇ ਰਾਜ ਹਮਾ ਦਿੱਤਾ ਅਤੇ ਹਾਥੀ ਘੋੜੇ ਰਥ ਅਤੇ ਪੈਦਲ ਦੇ ਨਾਲ ਮਸਲ ਦਿੱਤਾ ਉਹ ਕਿਸੇ ਸੂਰਮੇ ਦਾ ਪੈਨ ਹੀ ਮੰਦੀ ਸੀ ਸ਼ੁਭਰ ਸਿੰਘ ਨੂੰ ਜਿੱਤ ਕੇ